ਹਾਂਜੀ ਜੀ, ਵੈਰੀ ਗੁੱਡ ਮੋਰਨਿੰਗ। ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਅਸੀਂ ਜਾ ਰਹੇ ਹਾਂ ਜੀ ਦਰਬਾਰ ਸਾਹਿਬ ਕਰਤਾਰਪੁਰ। ਔਰ ਦਰਬਾਰ ਸਾਹਿਬ ਕਰਤਾਰਪੁਰ ਬਸ ਦੁਆ ਕਰੋ ਖੈਰ ਨਾਲ ਪਹੁੰਚੀਏ। ਬਹੁਤ ਹੀ ਗਹਿਰੀ ਧੁੰਦ ਹੈ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ। ਆਪਾਂ ਜਾ ਰਹੇ ਹਾਂ ਸ਼ੂਟੋ ਸ਼ੂਟ, ਲੇਕਿਨ ਧੁੰਦ ਜਿਹੜੀ ਹੈ ਉਹ ਜ਼ਿਆਦਾ ਸਪੀਡ ਨਹੀਂ ਮਾਰਨ ਦਿੰਦੀ। ਅਤੇ ਪੰਜਾਬ ਦੇ ਵਿੱਚ ਦਸੰਬਰ ਦੀ ਪਹਿਲੀ ਸਵੇਰ ਜਿਹੜੀ ਹੈ ਉਹ ਤੁਹਾਨੂੰ ਮੁਬਾਰਕ ਹੋਏ। ਔਰ ਅਸੀਂ ਕਿਲ੍ਹਾ ਸੋਭਾ ਸਿੰਘ ਤੋਂ ਲੰਘ ਰਹੇ ਹਾਂ ਇਸ ਵੇਲੇ। ਜੀ ਹਾਂ ਜੀ, ਤੀਜਾ ਲਾਹੌਰ ਦਾ ਕਿਲ੍ਹੇਦਾਰ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲੇ ਜਿਨ੍ਹਾਂ ਕੋਲੋਂ ਰਾਜ ਖੋਇਆ ਸੀ, ਠੀਕ ਹੈ ਜੀ, ਉਸ ਕਿਲ੍ਹੇਦਾਰ ਦੇ ਸ਼ਹਿਰ 'ਚੋਂ ਅਸੀਂ ਲੰਘ ਰਹੇ ਹਾਂ। ਕਿਲ੍ਹਾ ਸੋਭਾ ਸਿੰਘ, ਕੀਤੀਆਂ ਇਹਨਾਂ ਦੀਆਂ ਅਤੇ ਬਦਨਾਮੀ ਮਹਾਰਾਜਾ ਰਣਜੀਤ ਸਿੰਘ ਦੀ, ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇਹ ਜਗੀਰ ਜਿਹਦੀ ਸੀ ਉਹਨਾਂ ਨੇ ਰੱਜ ਕੇ ਲਾਹੌਰ ਨੂੰ ਲੁੱਟਿਆ। ਲਹਿਣਾ ਸਿੰਘ, ਗੁੱਜਰ ਸਿੰਘ ਅਤੇ ਸੋਭਾ ਸਿੰਘ, ਅਤੇ ਬਦਨਾਮੀ ਆਈ ਕਿਹਦੇ ਮੱਥੇ? ਮਹਾਰਾਜਾ ਦੇ ਮੱਥੇ, ਕਿਉਂਕਿ ਬਹੁਤ ਜ਼ਿਆਦਾ ਸਾਰੇ ਲੋਕ ਕਹਿੰਦੇ ਨੇ ਬਾਬਾ ਜੀ ਤੁਸੀਂ ਕਲੀਅਰ ਕਰੋ ਕਿ ਆਖਰ ਉਹ ਗੱਲ ਕੀ ਹੈ। ਉਹ ਗੱਲ ਜਿਹੜੀ ਹੈ ਉਹ ਇਹੀ ਹੈ ਜਿਹੜੀ ਕਿ ਤੁਹਾਨੂੰ ਦੱਸ ਰਿਹਾ ਵਾਂ। ਕਿਸੇ ਦਿਨ ਇਸ ਚੈਪਟਰ ਨੂੰ ਪੂਰਾ ਛੇੜਾਂਗਾ ਮੈਂ, ਔਰ ਫਿਰ ਦੱਸਾਂਗਾ ਕਿ ਇਹਦੇ ਬੈਕ ਸਕਰੀਨ ਦੇ ਉੱਤੇ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਸਾਰਾ ਇਲਜ਼ਾਮ ਜਿਹੜਾ ਮਹਾਰਾਜਾ 'ਤੇ ਆਉਂਦਾ। ਹਾਲਾਂਕਿ ਓਨੀਆਂ ਗਲਤੀਆਂ ਮਹਾਰਾਜਾ ਦੀਆਂ ਨਹੀਂ ਹੈ ਜਿੰਨੀਆਂ ਗਿਣੀਆਂ ਜਾਂਦੀਆਂ ਨੇ। ਸੋ ਆਪਾਂ ਉਹਦੇ ਬਾਰੇ ਬਾਅਦ 'ਚ ਗੱਲ ਕਰਾਂਗੇ। ਅਤੇ ਆਪਾਂ ਅੱਜ ਦਸਤਾਰ ਡੇ, ਟਰਬਨ ਡੇ ਜਿਹੜਾ ਮਨਾਉਣ ਵਾਸਤੇ ਜਾ ਰਹੇ ਹਾਂ ਦਰਬਾਰ ਸਾਹਿਬ ਕਰਤਾਰਪੁਰ। ਔਰ ਦੇਖ ਰਹੇ ਹੋ ਤੁਸੀਂ ਕਿ ਧੁੱਪ ਜਿਹੜੀ ਹੈ ਸਾਨੂੰ ਸਾਡੀ ਚੱਲਣ ਨਹੀਂ ਦੇ ਰਹੀ। ਠੀਕ ਹੈ ਜੀ, ਸਾਨੂੰ ਅੱਗੇ ਚੱਲਣ ਨਹੀਂ ਦੇ ਰਹੀ ਸਾਡੀ ਇਹ ਜਿਹੜੀ ਹੈ ਧੁੰਦ ਹੈ ਉਹ ਬਹੁਤ ਹੀ ਤੇਜ਼ ਹੈ। ਠੀਕ ਹੈ ਜੀ, ਕਹਿ ਲਵੋ ਤੁਸੀਂ ਕਿ ਅਸੀਂ ਤਾਂ ਅੱਜ ਕਾਫੀ ਦਿਨਾਂ ਬਾਅਦ, ਕੋਈ 10-12 ਦਿਨ ਬਾਅਦ ਦੁਬਾਰਾ ਕਰਤਾਰਪੁਰ ਸਾਹਿਬ ਆਏ ਹਾਂ। ਲੇਕਿਨ ਰਸਤੇ 'ਚ ਤੁਸੀਂ ਦੇਖ ਸਕਦੇ ਹੋ ਕੀ ਹਾਲ ਹੈ। ਅਸੀਂ ਸਵੇਰੇ ਮੂੰਹ ਨੇਰੇ 4 ਵਜੇ ਨਿਕਲੇ ਸੀ ਇਸਲਾਮਾਬਾਦ ਤੋਂ। ਠੀਕ ਹੈ ਜੀ, ਮੈਨੂੰ ਤਾਂ ਵੈਸੇ ਧੁੰਦਲੀ ਸਵੇਰ ਬੜੀ ਪਿਆਰੀ ਲੱਗਦੀ ਹੈ, ਲੇਕਿਨ ਇਹਦੇ 'ਚ ਨੁਕਸਾਨ ਬਣੇ ਹੁੰਦੇ ਨੇ, ਉਹ ਵੀ ਵੇਖ ਕੇ ਡਰ ਲੱਗਦਾ ਜੀ। ਸੜਕ ਹੈ ਨਵੀਂ ਨਵੀਂ ਬਣੀ ਹੈ, ਤੁਹਾਨੂੰ ਪਤਾ ਲੋਕ ਸ਼ੂਟਾਂ ਮਾਰਦੇ ਨੇ। ਅਸੀਂ ਤਕਰੀਬਨ 19 ਕਿਲੋਮੀਟਰ ਪਿੱਛੇ ਹਾਂ ਨਾਰੋਵਾਲ ਤੋਂ, ਬਰਾਸਤਾ ਪਸਰੂਡ ਟੂ ਨਾਰੋਵਾਲ ਰੋਡ ਅਸੀਂ ਜਾ ਰਹੇ ਹਾਂ। ਅਤੇ ਜਲਦੀ ਹੀ ਅਸੀਂ ਕਰਤਾਰਪੁਰ ਸਾਹਿਬ ਪਹੁੰਚ ਜਾਵਾਂਗੇ, ਔਰ ਫਿਰ ਤੁਹਾਨੂੰ ਕੋਸ਼ਿਸ਼ ਕਰਾਂਗੇ ਕੁਛ ਦਿਖਾ ਦਈਏ ਜੇ ਅਗਰ ਲਾਈਵ ਕਰ ਸਕੇ ਤੇ, ਵਰਨਾ ਫਿਰ ਰਿਕਾਰਡ ਕਰਕੇ ਪ੍ਰੋਗਰਾਮ ਆਪਾਂ ਤੁਹਾਨੂੰ ਬਾਅਦ 'ਚ ਦਿਖਾਵਾਂਗੇ ਜੀ। ਕਿਉਂਕਿ ਕਰਤਾਰਪੁਰ ਸਾਹਿਬ ਵਾਲੀ ਸਾਈਡ 'ਤੇ ਸ਼ਾਇਦ ਹੋ ਸਕਦਾ ਹੈ ਸਿਗਨਲ ਇੰਨੇ ਸਟਰੋਂਗ ਨਾ ਹੋਣ, ਸਿਗਨਲ ਇੰਨੇ ਪਾਵਰਫੁੱਲ ਨਾ ਹੋਣ, ਤਾਂ ਫਿਰ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਕਿ ਬਾਅਦ ਦੇ ਵਿੱਚ ਉਹੀ ਵੀਡੀਓਜ਼ ਜਿਹੜੀਆਂ ਨੇ ਉੱਥੇ ਤੁਹਾਨੂੰ ਦਿਖਾਈਏ। ਲੱਗ ਰਿਹਾ ਕਿ ਥਰੂ ਆਊਟ ਹੀ ਮੌਸਮ ਇਸ ਤਰ੍ਹਾਂ ਦਾ ਹੋਣਾ, ਔਰ ਥਰੂ ਆਊਟ ਹੀ ਇੱਦਾਂ ਦੀ ਧੁੰਦ ਪਈ ਹੋਣੀ ਹੈ। ਇਟਸ ਨੋਟ ਸਮੋਗ, ਕਿਉਂਕਿ ਇੱਥੇ 99% ਪਰਾਲੀਆਂ ਲੋਕਾਂ ਨੇ ਇਕੱਠੀਆਂ ਕੀਤੀਆਂ ਹੋਈਆਂ ਨੇ। ਜੇ ਤਾਂ ਅਗਰ ਕਿਧਰੇ ਜੇ ਕਿਤੇ ਅਗਰ ਅੱਗ ਲੱਗੀ ਹੋਏ ਤਾਂ ਉਹ ਨਜ਼ਰ ਵੀ ਆ ਜਾਂਦੀ ਹੈ, ਤੁਸੀਂ ਦੇਖ ਸਕਦੇ ਹੋ ਲੈਫਟ ਰਾਈਟ ਤੁਹਾਨੂੰ ਕਿਸੇ ਪਾਸੇ ਕੋਈ ਅੱਗ ਜਿਹੜੀ ਹੈ ਉਹ ਨਾ ਲੱਗੀ ਹੋਈ ਨਜ਼ਰ ਆਏਗੀ, ਕਿਉਂਕਿ ਲੋਕਾਂ ਨੇ ਪਰਾਲੀਆਂ ਜਿਹੜੀਆਂ ਨੇ ਸਾਂਭੀਆਂ ਹੋਈਆਂ ਨੇ, ਵੱਡੇ ਵੱਡੇ ਢੇਰ ਲੱਗੇ ਨੇ, ਦੋਵਾਂ ਪਾਸੇ ਬੋਰੀਆਂ ਲੱਗੀਆਂ ਨੇ। ਕਿਉਂਕਿ ਅਸੀਂ ਚੌਲਾਂ ਦੇ ਇਲਾਕੇ 'ਚੋਂ ਜਾ ਰਹੇ ਹਾਂ ਜਿੱਥੇ ਦੀ ਬਾਸਮਤੀ ਜਿਹੜੀ ਵਰਲਡ ਲੈਵਲ 'ਤੇ ਮਸ਼ਹੂਰ ਹੈ, ਜਿਹਨੂੰ ਕਿ ਪਰਫਿਊਮਡ ਰਾਈਸ ਕਿਹਾ ਜਾਂਦਾ ਹੈ, ਸੁਪਰ ਕਰਨਲ। ਠੀਕ ਹੈ ਜੀ, ਇਹ ਸੁਪਰ ਕਰਨਲ ਦਾ ਇਲਾਕਾ ਹੈ, ਔਰ ਇੱਥੋਂ ਹਾਰਡਲੀ ਤਕਰੀਬਨ 32 ਕਿਲੋਮੀਟਰ ਦਾ ਫਾਸਲਾ ਹੈ ਜੰਮੂ ਦਾ ਲੈਫਟ ਸਾਈਡ 'ਤੇ ਸਾਡੀ। ਜੰਮੂ ਐਂਡ ਕਸ਼ਮੀਰ ਨੂੰ ਸ਼ੁਰੂ ਹੋਣ ਵਾਲਾ ਜਿਹੜਾ ਏਰੀਆ ਉਹਦਾ 32 ਕਿਲੋਮੀਟਰ ਡਿਸਟੈਂਸ ਹੈ ਜੀ। ਬਿਲਕੁਲ ਅਸੀਂ ਸਮਝ ਲਓ ਤੁਸੀਂ ਕਿ ਜੰਮੂ ਦੇ ਆਹਿਸਤਾ ਅਸੀਂ ਬਿਲਕੁਲ ਬਾਰਡਰ ਦੇ ਕਰੀਬ ਹੋ ਜਾਣਾ। ਬਿਲਕੁਲ, ਮਾਈ ਗੁੱਡਨੈਸ, ਉਹ ਮੇਰੇ ਰੱਬਾ, ਧੁੰਦ ਨੇ ਤਾਂ ਆਪਣਾ ਕੰਮ ਪੂਰਾ ਕੀਤਾ ਹੋਇਆ। ਇਸ ਇਲਾਕੇ 'ਚ ਜੀ
ਬਹੁਤ ਹੀ ਧੁੰਦਾਂ ਪੈਂਦੀਆਂ ਹਨ ਔਰ ਬੜਾ ਫੇਮਸ ਹੈ ਕਿਉਂਕਿ ਜਿਉਂ ਜਿਉਂ ਹੁਣ ਅੱਗੇ ਇਹ ਤਰੇਲਾਂ ਪੈਣੀਆਂ ਨੇ ਧੁੰਦ ਪੈਣੀ ਹੈ ਅਤੇ ਸਾਗ ਨੇ ਮੱਚਣਾ ਅਤੇ ਗੰਨੇ ਨੇ ਮਿੱਠਾ ਹੋਣਾ ਥੈਂਕਸ ਆਲ ਆਫ ਯੂ ਥੈਂਕਸ ਫੋਰ ਵਾਚਿੰਗ ਉਮੀਦ ਕਰਦੇ ਹਾਂ ਤੁਹਾਨੂੰ ਇਹ ਸਵੇਰ ਸਵੇਰ ਜਿਹੜੀ ਹੈ ਠੰਡੀ ਠੰਡੀ ਧੁੰਦ ਵਾਲੀ ਜਿਹੜੀ ਸਵੇਰ ਹੈ ਚੰਗੀ ਲੱਗ ਰਹੀ ਹੋਏਗੀ ਅੱਜ ਬੜੀ ਗੱਲ ਹੈ ਜੀ ਨੈੱਟਵਰਕ ਸਾਨੂੰ ਸਵੇਰੇ ਸਵੇਰੇ ਪੂਰਾ ਸਪੋਰਟ ਕਰ ਰਿਹਾ ਥੈਂਕ ਯੂ ਜੀ ਕੌਣ ਕੌਣ ਵਾਚ ਕਰ ਰਿਹਾ ਜੀ ਆਵਾਜ਼ ਨਹੀਂ ਆ ਰਹੀ ਅਤੇ ਨਾ ਹੀ ਕੋਈ ਚਿਹਰਾ ਦਿਖਾਈ ਦੇ ਰਿਹਾ ਕਿਹੜਾ ਕਿਹੜਾ ਬੰਦਾ ਵਾਚ ਕਰ ਲਾਗੇ ਲਾਗੇ ਜਾ ਰਹੇ ਹਾਂ ਲੇਕਿਨ ਸਾਨੂੰ ਧੁੰਦ ਜਿਹੜੀ ਹੈ ਨਾ ਉਹ ਸਪੀਡ ਮਾਰਨ ਦੇ ਰਹੀ ਹੈ ਠੀਕ ਹੈ ਜੀ ਔਰ ਨਾ ਹੀ ਅੱਗੇ ਵਧਣ ਦੇ ਰਹੀ ਹੈ ਜ਼ਿਆਦਾ ਬਸ ਹੌਲੀ ਹੌਲੀ ਅਸੀਂ ਗੱਡੀ ਨੂੰ ਲੈ ਕੇ ਤੁਰੇ ਹਾਂ ਪਿੱਛੇ ਬੰਦਾ ਕੋਈ ਕਹਿ ਨਹੀਂ ਸਕਦਾ ਕਿ ਧੁੰਦ ਹੈ ਇੱਥੇ ਦੇਖੋ ਤਾਂ ਇੰਨੀ ਧੁੰਦ ਹੈ ਕਿ ਕੋਈ ਹਿਸਾਬ ਹੀ ਨਹੀਂ ਹੈ ਜੀ ਜੀ ਆ ਰਹੀ ਹੈ ਬਿਲਕੁਲ ਚੱਲ ਰਹੀ ਵੀਡੀਓ ਵਾਹ ਜੀ ਵਾਹ ਮੈਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਜੀ ਲੇਕਿਨ ਉਹੀ ਹੈ ਡਰ ਬਹੁਤ ਲੱਗਦਾ ਬਸ ਕਿਉਂਕਿ ਇੱਥੇ ਟਾਂਗੇ ਰੇੜੇ ਅੱਗੇ ਆ ਜਾਂਦੇ ਨੇ ਜੀ ਇੱਕਦਮ ਪਤਾ ਨਹੀਂ ਲੱਗਦਾ ਹਲਕੀ ਹਲਕੀ ਬੱਤੀ ਚੱਲਦੀ ਹੈ ਤਾਂ ਪਤਾ ਚੱਲਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸਲਾਮ ਵਾਲੇਕੁਮ ਮੰਟੂ ਜੀ ਕੀ ਹਾਲ ਹੈ ਤੁਹਾਡਾ ਗੈਰੀ ਜੀ ਠੀਕ ਹੋ ਹੋਰ ਗੈਰੀ ਜੀ ਭਾਅ ਜੀ ਸਾਰੇ ਠੀਕ ਹੋ ਸਭ ਵਧੀਆ ਚੱਲ ਰਿਹਾ ਆਹ ਵੇਖ ਲਓ ਜੀ ਪਹਿਲੀ ਧੁੰਦ ਪੈ ਗਈ ਹੈ ਸਰਦੀਆਂ ਦੀ ਵਧੀਆ ਜੀ ਸਭ ਵਧੀਆ ਜਾ ਰਹੇ ਹਾਂ ਜੀ ਦਰਬਾਰ ਸਾਹਿਬ ਕਰਤਾਰਪੁਰ ਟੈਂਪੋ ਜਾਂਦਾ ਅੱਗੇ